ਭਾਰਤ ਚੀਨ ਸਰਹੱਦ ਤੇ ਜਾਰੀ ਤਲਖੀ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੰਜ ਮਹੀ ਲਹਿਜੇ ਵਿੱਚ ਆਰਐਸਐਸ ਕਾਡਰ ਨੂੰ ਭਾਰਤੀ ਚੀਨ ਬਾਰਡਰ ਤੇ ਭੇਜਣ ਦੇ ਦਿੱਤੇ ਬਿਆਨ ਤੋਂ ਸੱਜੇ ਪੱਖੀ ਧਿਰਾਂ ਭੜਕ ਉੱਠੀਆਂ ਹਨ। ਕਦੇ ਸੰਘ ਮੁਖੀ ਮੋਹਨ ਭਾਗਵਤ ਨੇ ਫੌਜ ਤੋਂ ਪਹਿਲਾਂ ਆਰਐਸਐਸ ਵਲੰਟੀਅਰ ਦੇ ਤਿਆਰ ਬਰ ਤਿਆਰ ਰਹਿਣ ਦਾ ਬਿਆਨ ਦਿੱਤਾ ਸੀ, ਹੁਣ ਹਾਲਾਤ ਜੰਗ ਵਰਗੇ ਬਣੇ ਹਨ ਤਾਂ ਸੋਸ਼ਲ ਮੀਡੀਆ ਤੇ ਆਰਐਸਐਸ ਦੀ ਪੂਰੀ ਖਿੱਲੀ ਉੱਡ ਰਹੀ ਹੈ। ਤਾਂ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਬਿਆਨ ਦਾਗ ਦਿੱਤਾ, ਜਿਸ ਤੋਂ ਪੂਰੇ ਸੰਘ ਲਾਣੇ ਬਾਣੇ ਵਿੱਚ ਖਲਬਲੀ ਹੈ। ਪਹਿਲਾਂ ਹੀ ਸੋਸ਼ਲ ਮੀਡੀਆ ਤੇ ਉੱਡ ਰਹੇ ਮਜ਼ਾਕ ਤੋਂ ਔਖੀ ਸੰਘ ਅਤੇ ਬੀਜੇਪੀ ਲੀਡਰਸ਼ਿਪ ਕੈਪਟਨ ਦੀ ਇਸ ਟਿੱਪਣੀ ਤੋਂ ਬਾਅਦ ਲੋਹੇ ਲਾਖੀ ਹੈ। ਪੰਜਾਬ ਬੀਜੇਪੀ ਲੀਡਰਸ਼ਿਪ ਵੀ ਕੈਪਟਨ ਦੇ ਇਸ ਬਿਆਨ ਤੋਂ ਔਖੀ ਹੈ। ਸੀਨੀਅਰ ਬੀਜੇਪੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਦੇ ਇਸ ਬਿਆਨ ਤੇ ਡਾਢਾ ਇਤਰਾਜ਼ ਜ਼ਾਹਰ ਕੀਤਾ ਹੈ। ਕਾਲੀਆ ਸਾਹਿਬ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਇੱਕ ਅਜਿਹੇ ਆਦਮੀ ਤੋਂ ਨਹੀਂ ਸੀ ਜੋ ਖੁਦ ਫੌਜ ਵਿੱਚ ਕੈਪਟਨ ਰਿਹਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਇੱਕ ਸੱਭਿਆਚਾਰਕ ਅਤੇ ਰਾਸ਼ਟਰਵਾਦੀ ਜਥੇਬੰਦੀ ਹੈ, ਜਿਸ ਨੇ 1962-65 ਅਤੇ 71 ਦੀ ਜੰਗ ਵਿੱਚ ਵੱਡਾ ਰੋਲ ਨਿਭਾਇਆ ਸੀ। ਅਸਲ ਵਿੱਚ ਮੁੱਖ ਮੰਤਰੀ ਕੈਪਟਨ ਕੇਂਦਰ ਸਰਕਾਰ ਨੂੰ ਸਿੱਧੇ ਹੱਥੀ ਲੈ ਰਹੇ ਸਨ ਕਿ ਸਰਹੱਦ ਤੇ ਨਿਹੱਥੇ ਫੌਜੀ ਕਿਉਂ ਤੈਨਾਤ ਕੀਤੇ ਗਏ। ਉਹਨਾਂ ਪੁੱਛਿਆ ਕਿ ਕੋਈ ਇਸ ਦਾ ਜਵਾਬ ਦੇਵੇਗਾ ਕਿ ਸਰਹੱਦ ਤੇ ਫੌਜੀ ਬਿਨਾਂ ਹਥਿਆਰ ਦੇ ਕਿਉਂ ਸਨ। ਇਹ ਕੋਈ ਪੱਥਰਕਾਲ ਦਾ ਯੁੱਗ ਨਹੀਂ ਕਿ ਸਰਹੱਦ ਦੀ ਰਾਖੀ ਲਈ ਨਿਹੱਥੇ ਫੌਜੀ ਤੈਨਾਤ ਕੀਤੇ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਫਿਰ ਤਾਂ ਫੌਜੀਆਂ ਦੀ ਥਾਂ ਆਰਐਸਐਸ ਵਰਕਰਾਂ ਨੂੰ ਉੱਥੇ ਲਾਠੀ ਡੰਡਿਆਂ ਨਾਲ ਲੈਸ ਕਰਕੇ ਭੇਜ ਦੇਵੋ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਸੰਘ ਲਾਣੇ ਬਾਣੇ ਵਿੱਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਸੰਘ ਵੱਲੋਂ ਕੋਈ ਬਿਆਨ ਆਉਂਦਾ, ਬੀਜੇਪੀ ਲੀਡਰਸ਼ਿਪ ਉਸ ਤੋਂ ਪਹਿਲਾਂ ਹੀ ਸੰਘ ਪਾੜ ਪਾੜ ਕੈਪਟਨ ਨੂੰ ਕੋਸਣ ਲੱਗੀ। ਅਸਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਨਾਲ ਤਲਖੀ ਵੇਲੇ ਸੰਘ ਵੱਲੋਂ ਆਏ ਇੱਕ ਬਿਆਨ ਨੂੰ ਆਧਾਰ ਬਣਾਇਆ ਸੀ, ਜਿਸ ਦੌਰਾਨ ਫੌਜ ਤੋਂ ਪਹਿਲਾਂ ਹੀ ਸੰਘ ਦੇ ਵਰਕਰਾਂ ਦੇ ਤਿਆਰ ਬਰ ਤਿਆਰ ਰਹਿਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਦਿਨ ਤੋਂ ਭਾਰਤ ਚੀਨ ਸਰਹੱਦ ਤੇ ਤਲਖੀ ਵਧੀ ਹੈ, ਉਸ ਦਿਨ ਤੋਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਦੀ ਭਰਮਾਰ ਹੈ ਕਿ ਕਿੱਥੇ ਗਏ ਉਹ ਸੰਘ ਵਲੰਟੀਅਰ ਜੋ ਫੌਜ ਤੋਂ ਪਹਿਲਾਂ ਹੀ ਤਿਆਰ ਹੋਣ ਦਾ ਦਾਅਵਾ ਕਰ ਰਹੇ ਸਨ। ਜ਼ਿਕਰੇ ਖਾਸ ਹੈ ਕਿ ਸਰਹੱਦ ਤੇ ਪਾਕਿਸਤਾਨ ਹੋਵੇ ਜਾਂ ਚੀਨ, ਤਣਾਅ ਦਰਮਿਆਨ ਹਵਾ ਵਿੱਚ ਤਲਵਾਰਾਂ ਮਾਰਦੀ ਭਗਵਾਧਾਰੀ ਬ੍ਰਿਗੇਡ ਬੀਜੇਪੀ ਨੂੰ ਸੱਚੀ ਰਾਸ਼ਟਰਵਾਦੀ ਧਿਰ ਸਾਬਤ ਕਰਨ ਤੇ ਸਵਾਲ ਚੁੱਕਣ ਵਾਲਿਆਂ ਨੂੰ ਦੇਸ਼ ਧਰੋਹੀ ਐਲਾਨਣ ਵਿੱਚ ਕਾਹਲੀ ਰਹਿੰਦੀ ਹੈ, ਪਰ ਹੁਣ ਉਹਨਾਂ ਦੀ ਤਿੱਖੀ ਟਕੋਰ ਹੋਈ ਹੈ ਤਾਂ ਇਹ ਧਿਰ ਇਸ ਤੋਂ ਡਾਢੀ ਔਖੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।